ਓਨਟਾਰੀਓ ਦੇ ਐਮਪੀਪੀ ਵੱਲੋਂ ਕੋਵਿਡ 19 ਵੈਕਸੀਨ ਲਗਵਾਏ ਜਾਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਉਸ ਨੂੰ ਪ੍ਰੋਗਰੈਸਿਵ ਕੰਜ਼ਰਵੇਟਿਵ ਕੌਕਸ ਤੋਂ ਬਾਹਰ ਕੱਢ ਦਿੱਤਾ ਗਿਆ। ਲੈਮਿੰਗਟਨ ਤੋਂ ਐਮਪੀਪੀ ਰਿਕ ਨਿਕੋਲਸ ਨੇ ਦੁਪਹਿਰ ਨੂੰ ਕੁਈਨਜ਼ ਪਾਰਕ ਤੋਂ ਆਪਣੇ ਵੈਕਸੀਨ ਸਟੇਟਸ ਬਾਰੇ ਐਲਾਨ ਕੀਤਾ। ਨਿਕੋਲਸ ਨੇ ਕਿਹਾ ਕਿ ਉਹਨਾਂ ਨੇ ਤੇ ਉਹਨਾਂ ਦੀ ਪਤਨੀ ਨੇ ਨਿੱਜੀ ਕਾਰਨਾ ਕਰਕੇ ਵੈਕਸੀਨੇਸ਼ਨ ਨਾ ਕਰਵਾਉਣ ਦੀ ਚੋਣ ਕੀਤੀ। ਇਸ ਐਲਾਨ ਤੋਂ 1 ਘੰਟੇ ਬਾਅਦ ਨਿਕੋਲਸ ਨੂੰ ਕੌਕਸ ਤੋਂ ਕੱਢ ਦਿੱਤਾ ਗਿਆ। ਨਿਕੋਲਸ ਵੱਲੋਂ ਇਹ ਐਲਾਨ ਕੀਤੇ ਜਾਣ ਤੋਂ 2 ਦਿਨ ਪਹਿਲਾਂ ਪ੍ਰੀਮੀਅਰ ਡੱਗ ਫੋਰਡ ਦੇ ਆਫਿਸ ਨੇ ਇਹ ਵੀ ਕਿਹਾ ਸੀ ਕਿ ਓਨਟਾਰੀਓ ਦੀ ਪੀਸੀ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਕੋਵਿਡ 19 ਵੈਕਸੀਨੇਸ਼ਨ ਕਰਵਾਉਣੀ ਜ਼ਰੂਰੀ ਹੈ, ਨਹੀਂ ਤਾਂ ਉਹਨਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਜਾਵੇਗਾ। ਨਿਕੋਲਸ ਉਹਨਾਂ ਦੇ ਐਮਪੀਜ਼ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ। ਸਕਾਰਬੋ ਸੈਂਟਰ ਤੋਂ ਐਮਪੀਪੀ ਕ੍ਰਿਸਟੀਨਾ ਮਾਈਟਸ ਨੇ ਵੈਕਸੀਨੇਸ਼ਨ ਨਾ ਕਰਵਾਉਣ ਲਈ ਪਾਰਟੀ ਨੂੰ ਮੈਡੀਕਲ ਕਾਰਨ ਸੰਬੰਧੀ ਸਬੂਤ ਲਿਆ ਕੇ ਦੇ ਦਿੱਤਾ, ਇਸ ਲਈ ਪਾਰਟੀ ਵੱਲੋਂ ਉਸ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।